ਹੈਲੋ ਦੋਸਤੋ, ਸਵਾਗਤ ਹੈ। ਕੀ ਤੁਸੀਂ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਜਾਣਾ ਚਾਹੁੰਦੇ ਹੋ ਤਾਂ ਸੋ ਗੱਲ ਕਰਾਂਗੇ ਅੱਜ ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਾਰੇ। ਪਟਿਆਲਾ ਦੇ ਵਿੱਚ ਐਡਮਿਸ਼ਨ ਸ਼ੁਰੂ ਹੋ ਚੁੱਕੀ ਹੈ 2024-25 ਸੈਸ਼ਨ ਦੇ ਲਈ। ਐਡਮਿਸ਼ਨ ਜਿਹੜੇ ਫਾਰਮ ਨੇ ਉਹ ਵੀ ਓਪਨ ਹੋ ਚੁੱਕੇ ਆ। ਐਡਮਿਸ਼ਨ ਫਾਰਮ ਓਪਨ ਹੋ ਚੁੱਕੇ ਆ ਜੀ, ਤੁਸੀਂ ਅਪਲਾਈ ਕਰੋ। ਲਾਸਟ ਡੇਟ 31 ਮਈ ਆ ਇਸ ਦੀ। ਤੁਸੀਂ ਜਾ ਕੇ ਜਲਦੀ ਜਲਦੀ ਅਪਲਾਈ ਕਰੋ। ਅਗਰ ਤੁਸੀਂ ਚਾਹੁੰਦੇ ਹੋ ਕਿ ਇਸ ਦੇ ਲਈ ਮੈਂ ਅਲੱਗ ਤੋਂ ਇੱਕ ਵੀਡੀਓ ਤੁਹਾਡੇ ਲਈ ਬਣਾਵਾਂ ਕਿ ਹਾਊ ਟੂ ਫਿਲ ਫੋਰਮ, ਆਪਾਂ ਫੋਰਮ ਨੂੰ ਕਿਵੇਂ ਫਿਲ ਕਰਨਾ, ਤੁਸੀਂ ਕਮੈਂਟ ਦੇ ਵਿੱਚ ਬੋਲ ਦਿਓ ਅਤੇ ਮੈਂ ਜ਼ਰੂਰ ਤੁਹਾਡੇ ਲਈ ਉਹ ਵੀਡੀਓ ਜ਼ਰੂਰ ਬਣਾਵਾਂਗਾ। ਠੀਕ ਹੈ, ਗੱਲ ਕਰੀਏ ਐਡਮਿਸ਼ਨ ਦਾ 24-25 ਸੈਸ਼ਨ ਦੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਬਹੁਤ ਜ਼ਿਆਦਾ ਬੱਚਿਆਂ ਦਾ ਇਹੀ ਸੁਪਨਾ ਹੁੰਦਾ ਕਿ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਜਾਈਏ। ਤਾਂ ਸੋ ਅੱਜ ਗੱਲ ਕਰਾਂਗੇ UG ਕੋਰਸ ਦੇ ਬਾਰੇ, ਜਿਹੜੇ ਕਿ ਆਫਟਰ ਪਲੱਸ ਟੂ ਕੋਰਸ ਦੇ ਬਾਰੇ ਐਡਮਿਸ਼ਨ ਦੀ ਫੁੱਲ ਡਿਟੇਲ ਦੱਸਣ ਵਾਲਾ ਹਾਂ। ਸਭ ਤੋਂ ਪਹਿਲਾਂ ਤਾਂ ਗੱਲ ਕਰੀਏ ਐਪਲੀਕੇਸ਼ਨ ਫੋਰਮ ਫੀਸ, ਤਾਂ ਗੱਲ ਕਰੀਏ ਇਹਦੀ ਜਿਹੜੀ ਐਪਲੀਕੇਸ਼ਨ ਫੋਰਮ ਫੀਸ ਆ ਉਹ ਕਿੰਨੀ ਰਹਿੰਦੀ ਹੈ, ਕਿਉਂਕਿ ਸਾਰੇ ਦੇ ਦਿਮਾਗ ਦੇ ਵਿੱਚ ਆਹ ਬਹੁਤ ਦਿੱਕਤ ਹੈ ਕਿ ਹਰ ਵਾਰ ਬੱਚੇ ਕਮੈਂਟ ਦੇ ਵਿੱਚ ਇਹੀ ਚੀਜ਼ਾਂ ਪੁੱਛਦੇ ਆ ਕਿ ਇਹਦੀ ਜਿਹੜੀ ਫੋਰਮ ਦੀ ਫੀਸ ਕਿੰਨੀ ਆ, ਫੀਸ ਕਿੰਨੀ ਆ। ਸੋ ਜਿਹੜੀ ਇਹਦੀ ਐਪਲੀਕੇਸ਼ਨ ਫੋਰਮ ਫੀਸ ਆ ਜੀ, ਦੱਸ ਦਿੰਦੀ ਹਾਂ। ਅੰਡਰ ਗ੍ਰੈਜੂਏਸ਼ਨ ਕਿਹੜੇ ਕੋਰਸ ਨੇ, BA, BSc, BCOM, ਇਸ ਤਰ੍ਹਾਂ ਦੇ ਜਿਹੜੇ ਕੋਰਸ ਨੇ ਉਹ ਸਾਰੇ ਅੰਡਰ ਗ੍ਰੈਜੂਏਸ਼ਨ ਆ, ਜਿਹੜੇ ਆਫਟਰ ਪਲੱਸ ਟੂ ਬਾਅਦ ਤੁਸੀਂ ਕਰ ਸਕਦੇ ਹੋ। ਆਫਟਰ ਪਲੱਸ ਟੂ ਬਾਅਦ ਜਿਹੜੇ ਕੋਰਸ ਹੁੰਦੇ ਆ ਉਹਨੂੰ UG ਕੋਰਸ ਦੇ ਨਾਮ ਨਾਲ ਜਾਣਦੇ ਆ। ਉਹਦੀ ਜਿਹੜੀ ਐਪਲੀਕੇਸ਼ਨ ਫੋਰਮ ਫੀਸ ਆ, ਐਡਮਿਸ਼ਨ ਫੋਰਮ ਦੀ ਫੀਸ ਕਿੰਨੀ ਆ, ਐਸ 1000 ਰੁਪਈਆ ਕਿੰਨਾ ਲਈ ਜਨਰਲ ਕੈਟਾਗਰੀ, OBC, BC ਕੈਟਾਗਰੀ ਦੇ ਸਟੂਡੈਂਟ ਲਈ ਕਿੰਨੀ ਆ, 1000 ਰੁਪਈਆ ਪੇ ਕਰੇਗਾ। ਬਟ ਉੱਧਰ ਹੀ ਗੱਲ ਕਰੀਏ SC ST, SC ਅਤੇ ST ਦੋਨੇ ਸਟੂਡੈਂਟ ਦੀ, ਉਹ 700 ਰੁਪਈਆ ਫੀਸ ਪੇ ਕਰਨਗੇ, ਉਹਨਾਂ ਨੂੰ 300 ਰੁਪਈਆ ਦੀ ਜਿਹੜਾ ਡਿਸਕਾਊਂਟ ਮਿਲਦਾ ਬਈ, ਸਿੱਧੀ ਜੀ ਗੱਲ ਆ। ਉਸ ਤੋਂ ਬਾਅਦ ਅੱਗੇ ਗੱਲ ਕਰਦੇ ਹਾਂ, ਥੋੜ੍ਹੀ ਜਿਹੀ ਗੱਲ ਕਰ ਲੈਂਦੇ ਹਾਂ PG ਕੋਰਸ ਦੀ। ਸੇਮ ਹੀ ਉੱਥੇ PG ਕੋਰਸ ਮਾਸਟਰ ਕੋਰਸ ਹੋ ਜੀ, MA, MSc, MCOM, ਇਸ ਤਰ੍ਹਾਂ ਦੇ ਜਿਹੜੇ ਕੋਰਸ ਨੇ ਸਾਰੇ ਉਹ PG ਕੋਰਸ ਦੇ ਵਿੱਚ ਆਉਂਦੇ ਨੇ। ਤਾਂ ਉਹਦੀ 1000 ਰੁਪਏ ਫੀਸ ਜਨਰਲ ਕੈਟਾਗਰੀ ਦੇ ਲਈ, OBC ਲਈ ਸਾਰਿਆਂ ਲਈ, ਔਰ 700 ਫੀਸ ਜਿਹੜੀ ਆ SC ST ਕੈਂਡੀਡੇਟ ਲਈ ਆ। ਇਹ ਫੋਰਮ ਦੀ ਫੀਸ ਹੈ, ਇਹ ਬੇਸਿਕ ਡਿਟੇਲ ਆ ਜਿਹੜੀ ਸਭ ਤੋਂ ਜ਼ਿਆਦਾ ਜ਼ਰੂਰੀ ਆ, ਬੱਚੇ ਵਾਰ ਵਾਰ ਇਹ ਚੀਜ਼ ਪੁੱਛਦੇ ਨੇ, ਸੋ ਮੈਂ ਦੱਸ ਦਿੱਤਾ ਆ। ਅਗਲੀ ਚੀਜ਼ ਦੇਖੋ, ਕਹਿੰਦੇ ਜੀ ਵਾਰ ਵਾਰ ਇਹ ਵੀ ਚੀਜ਼ ਪੁੱਛਦੇ ਆ ਕਿ ਐਡਮਿਸ਼ਨ ਪ੍ਰੋਸੈਸ ਕੀ ਰਹਿੰਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ। ਸਭ ਤੋਂ ਪਹਿਲਾਂ ਤਾਂ ਤੁਸੀਂ ਫੋਰਮ ਅਪਲਾਈ ਕਰੋਗੇ, ਓਫੀਸ਼ੀਅਲ ਵੈਬਸਾਈਟ ਤੁਸੀਂ ਜਾਓਗੇ, PUP ਐਡਮਿਸ਼ਨ .ac.in, ਇਸ 'ਤੇ ਜਾ ਕੇ ਤੁਸੀਂ ਫੋਰਮ ਨੂੰ ਅਪਲਾਈ ਕਰੋਗੇ। ਫਿਰ ਅਪਲਾਈ ਕਰਨ ਤੋਂ ਬਾਅਦ ਬੇਸਿਕ ਡਿਟੇਲ ਫਿਲ ਕਰਕੇ ਆਪਣੀ ਫੀਸ ਪੇ ਕਰੋਗੇ, ਜਿਵੇਂ ਕਿ 1000 ਰੁਪਏ ਫੀਸ ਆ ਤੁਹਾਡੀ, ਜਾਂ ਫਿਰ ਤੁਹਾਡੀ 700 ਰੁਪਈਆ ਫੀਸ ਆ, ਜੋ ਵੀ ਤੁਹਾਡੀ ਫੀਸ ਆ ਤੁਸੀਂ ਪੇ ਕਰੋਗੇ। ਉਹ ਤੋਂ ਬਾਅਦ ਪੇ ਕਰਨ ਤੋਂ ਬਾਅਦ ਤੁਹਾਡੇ ਕੋਲ ਅਸਲੀ ਐਪਲੀਕੇਸ਼ਨ ਫੋਰਮ ਬਣੂਗਾ, ਐਪਲੀਕੇਸ਼ਨ ਫੋਰਮ, ਅਤੇ ਐਪਲੀਕੇਸ਼ਨ ਫੋਰਮ ਨੂੰ ਫਿਲ ਕਰੋਗੇ, ਉਹਦੇ ਵਿੱਚ ਬੇਸਿਕ ਇਨਫੋਰਮੇਸ਼ਨ ਫਿਲ ਕਰੋਗੇ, ਤੁਹਾਡਾ ਰੈਜੀਡੈਂਸ ਐਡਰੈਸ ਜੋ ਵੀ ਹੋਇਆ ਐਡਰੈਸ ਫਿਲ ਕਰੋਗੇ, ਫਾਦਰ ਨੇਮ, ਮਦਰ ਨੇਮ, ਸਾਰਾ ਕੁਛ ਇਹਦੇ ਵਿੱਚ ਫਿਲ ਕਰੋਗੇ, ਬੇਸਿਕ ਡਿਟੇਲ। ਫਿਰ ਆਉਂਦਾ ਆਪਣੇ ਕੋਲ ਐਜੂਕੇਸ਼ਨ ਡਿਟੇਲ ਫਿਲ ਕਰੋਗੇ, ਸਾਰੇ ਫੋਰਮ ਦੇ ਵਿੱਚ ਐਜੂਕੇਸ਼ਨ ਡਿਟੇਲ ਫਿਲ ਕਰੋਗੇ। ਐਜੂਕੇਸ਼ਨ ਡਿਟੇਲ ਤੋਂ ਬਾਅਦ ਹੀ ਜਾ ਕੇ ਤੁਹਾਡਾ ਅਗਲਾ ਪ੍ਰੋਸੈਸ ਆਉਂਦਾ ਵੀ ਫੋਟੋ ਐਂਡ ਡਾਕੂਮੈਂਟ ਅਪਲੋਡ ਕਰਨਾ। ਅਤੇ ਮੈਂ ਦੱਸ ਦਿੰਦਾ ਵੀ ਤੁਸੀਂ ਜਿਹੜੇ ਆਪਣੇ ਓਰੀਜਨਲ ਡਾਕੂਮੈਂਟ ਹੀ ਅਪਲੋਡ ਕਰਨੇ, ਓਰੀਜਨਲ ਪਲੱਸ ਅਪਲੋਡ ਕਰਨੇ, ਜਿਹੜੇ ਕਿ ਕੁਰੈਕਟ ਹੋਣ, ਇਨਕੁਰੈਕਟ ਹੋਣ ਦੇ ਨਾਂ 'ਤੇ ਤੁਹਾਡੇ ਜਿਹੜਾ ਫੋਰਮ ਕੈਂਸਲ ਵੀ ਹੋ ਸਕਦਾ, ਜੇਕਰ ਤੁਸੀਂ ਇਹਦੇ ਵਿੱਚ ਫਾਲਸ ਇਨਫੋਰਮੇਸ਼ਨ ਪਾਈ ਗਈ। ਇਹ ਵੀ ਦੱਸਿਆ ਜਾਏਗਾ ਜੇਕਰ ਤੁਹਾਡੇ ਫੋਰਮ ਦੇ ਵਿੱਚ ਫਾਲਸ ਇਨਫੋਰਮੇਸ਼ਨ ਪਾਈ ਗਈ, ਤੁਹਾਡੀ ਐਡਮਿਸ਼ਨ ਕੈਂਸਲ ਹੋ ਸਕਦੀ।
ਤੁਹਾਨੂੰ ਕੋਈ ਰਿਫੰਡ ਨਹੀਂ ਮਿਲੇਗਾ। ਸੋ ਧਿਆਨ ਨਾਲ ਅਗਰ ਤੁਸੀਂ ਫੋਟੋ ਐਂਡ ਡਾਕੂਮੈਂਟ ਅਪਲੋਡ ਕਰੋਗੇ, ਧਿਆਨ ਨਾਲ ਕਿਹੜੀ ਥਾਂ 'ਤੇ ਕੀ ਚੀਜ਼ ਅਪਲੋਡ ਕਰਨੀ ਹੈ ਇਹ ਜ਼ਰੂਰ ਦੇਖ ਲੈਣਾ ਇੱਕ ਵਾਰੀ। ਉਸ ਤੋਂ ਬਾਅਦ ਲਾਸਟ 'ਚ ਛੇਵਾਂ ਆਪਸ਼ਨ ਕੀ ਆ, ਤੁਹਾਡੀ ਇੱਕ ਮੈਰਿਟ ਬਣੇਗੀ, ਫਿਰ ਮੈਰਿਟ ਤੋਂ ਬਾਅਦ ਤੁਹਾਨੂੰ ਕੌਂਸਲਿੰਗ ਲਈ, ਕੌਂਸਲਿੰਗ ਲਈ ਕਿਹਦੇ ਲਈ ਜੀ, ਕੌਂਸਲਿੰਗ ਲਈ ਬੁਲਾਇਆ ਜਾਏਗਾ। ਤੁਹਾਨੂੰ ਇੱਕ ਪਲੇਸ ਦਿੱਤੀ ਜਾਏਗੀ, ਲੋਕੇਸ਼ਨ ਦਿੱਤੀ ਜਾਏਗੀ, ਉਸ 'ਤੇ ਜਾ ਕੇ ਤੁਹਾਡੀ ਕੌਂਸਲਿੰਗ ਹੋਊ, ਫਿਰ ਜਾ ਕੇ ਤੁਹਾਡੀ ਫਾਈਨਲ ਐਡਮਿਸ਼ਨ ਹੋਵੇਗੀ। ਇਹ ਸਾਰਾ ਪ੍ਰੋਸੈਸ ਆ ਤੁਹਾਡਾ, ਇਹ ਪ੍ਰੋਸੈਸ ਦੇ ਵਿੱਚੋਂ ਤੁਹਾਨੂੰ ਗੁਜ਼ਰਨਾ ਪੈਣਾ। ਅਤੇ ਜਿਹੜਾ ਬਾਰ ਬਾਰ ਬੋਲਣਾ ਕਿ ਇਸ ਤਰ੍ਹਾਂ ਦੀ ਐਡਮਿਸ਼ਨ ਹੁੰਦੀ ਹੈ, ਬੱਚੇ ਬਾਰ ਬਾਰ ਚੀਜ਼ਾਂ 'ਚ ਉਲਝਦੇ ਨੇ। ਉਸ ਤੋਂ ਬਾਅਦ ਗੱਲ ਕਰੀਏ ਐਡਮਿਸ਼ਨ ਕਿਸ 'ਤੇ ਬੇਸ ਐਡਮਿਸ਼ਨ ਰਹਿੰਦੀ ਆ, ਤਾਂ ਮੈਕਸੀਮਮ ਕੋਰਸ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਜਿਹਦੇ ਵਿੱਚ ਕੋਈ ਵੀ ਇਗਜ਼ਾਮ ਨਹੀਂ ਹੁੰਦਾ ਜੀ, ਤੁਸੀਂ ਕੋਈ ਵੀ ਐਂਟਰੈਂਸ ਟੈਸਟ ਨਹੀਂ ਦੇਣਾ। ਆਪਾਂ ਗੱਲ ਕਰਦੇ ਹਾਂ ਅੰਡਰ ਗ੍ਰੈਜੂਏਸ਼ਨ ਕੋਰਸਾਂ ਲਈ, ਅੰਡਰ ਗ੍ਰੈਜੂਏਸ਼ਨ ਕੋਰਸਾਂ ਲਈ ਬਹੁਤ ਜ਼ਿਆਦਾ ਜਿਹੜੇ ਕੋਰਸ ਨੇ ਪੰਜਾਬੀ ਯੂਨੀਵਰਸਿਟੀ ਉਹਦੇ ਵਿੱਚ ਕੋਈ ਵੀ ਐਂਟਰੈਂਸ ਟੈਸਟ ਨਹੀਂ ਹੁੰਦਾ, ਉਹਦੀ ਐਡਮਿਸ਼ਨ ਹੁੰਦੀ ਆ। ਪਲੱਸ ਟੂ ਬੇਸ ਐਡਮਿਸ਼ਨ ਰਹਿੰਦੀ ਆ ਵੀ ਪਲੱਸ ਟੂ ਤੁਹਾਡੇ ਮਾਰਕਸ ਕਿੰਨੇ ਆਏ ਨੇ, ਸਿੱਧੀ ਜੀ ਗੱਲ ਆ ਵੀ ਮਾਰਕਸ ਕਿੰਨੇ ਆਏ ਨੇ ਤੁਹਾਡੇ ਪਲੱਸ ਟੂ ਦੇ ਵਿੱਚ, ਉਸ 'ਤੇ ਹੀ ਡਿਪੈਂਡ ਕਰਦੀ ਹੈ ਤੁਹਾਡੀ ਐਡਮਿਸ਼ਨ। ਉਸ ਤੋਂ ਬਾਅਦ ਲਿਮਿਟਡ ਸੀਟਸ ਹੁੰਦੀਆਂ ਨੇ, ਜੇ ਆਪਾਂ ਗੱਲ ਕਰੀਏ ਸੀਟਸ ਦੀ ਤਾਂ ਨੰਬਰ ਆਫ ਸੀਟਸ ਕਿਸੇ ਕੋਰਸ 'ਚ 50, ਕਿਸੇ 100, ਇਸ ਤੋਂ ਜ਼ਿਆਦਾ ਸੀਟਾਂ ਨਹੀਂ ਹੈਗੀਆਂ, ਇਸ ਤੋਂ ਘੱਟ ਹੀ ਹੋਣਗੀਆਂ। 50 ਜਾਂ 100 ਸੀਟਾਂ ਦੇ ਵਿਚਕਾਰ ਜਿਹੜੀਆਂ ਸੀਟਾਂ ਰਹਿੰਦੀਆਂ ਹਰ ਡਿਪਾਰਟਮੈਂਟ ਦੇ ਵਿੱਚ, ਹਰ ਕੋਰਸ ਦੇ ਵਿੱਚ। ਉਹ ਤੋਂ ਇਹਦੇ ਵਿੱਚ ਤੁਸੀਂ ਡਾਇਰੈਕਟ ਐਡਮਿਸ਼ਨ ਲਓਗੇ, ਤੁਹਾਡੀ ਕੌਂਸਲਿੰਗ ਹੋਊਗੀ, ਕੌਂਸਲਿੰਗ ਤੋਂ ਬਾਅਦ ਤੁਸੀਂ ਫੀਸ ਜਿਹੜੀ ਪੇ ਕਰੋਗੇ, ਜਿਹੜੀ ਵੀ ਤੁਹਾਡੀ ਟਿਊਸ਼ਨ ਫੀਸ ਰਹਿੰਦੀ ਆ, ਟਿਊਸ਼ਨ ਫੀਸ ਉਹ ਫੀਸ ਆ ਜਿਹੜੀ ਸਮੈਸਟਰ ਦੀ ਫੀਸ ਰਹੇਗੀ, ਤੁਸੀਂ ਪੇ ਕਰੋਗੇ। ਪੇ ਤੋਂ ਬਾਅਦ ਤੁਹਾਡੀ ਫਾਈਨਲ ਐਡਮਿਸ਼ਨ ਹੋਊਗੀ, ਫਿਰ ਤੁਹਾਡੀਆਂ ਕਲਾਸਾਂ ਅਗਸਤ ਦੇ ਵਿੱਚ ਤੁਹਾਡੀਆਂ ਜਿਹੜੀਆਂ ਕਲਾਸਾਂ ਸ਼ੁਰੂ ਹੋ ਜਾਣਗੀਆਂ। ਇਹ ਦੇਖ ਲਓ, ਇਹ ਤੁਹਾਡਾ ਐਡਮਿਸ਼ਨ ਰਹਿੰਦਾ। ਹੁਣ ਅੱਗੇ ਗੱਲ ਕਰੀਏ, ਥੋੜ੍ਹੀ ਜਿਹੀ ਡਿਟੇਲ ਤੁਹਾਨੂੰ ਮੈਂ ਦੇ ਦਾਂ ਫੋਰਮ ਦੀ, ਹੈ ਨਾ। ਫੋਰਮ ਦੀ ਗੱਲ ਕਰਦੇ ਹਾਂ, ਕਿਹੜੇ ਫੋਰਮ ਦੀ, ਕਹਿੰਦੀ ਜੀ ਫੋਰਮ ਨੂੰ ਅਪਲਾਈ ਕਰਨ ਦੀ ਡੇਟ, ਫੋਰਮ ਨੂੰ ਅਪਲਾਈ ਕਰਨ ਦੀ ਡੇਟ ਦੀ ਗੱਲ ਕਰਦੇ ਹਾਂ। ਅਪਲਾਈ ਤਾਂ ਫੋਰਮ ਨੂੰ ਅਪਲਾਈ ਤੁਸੀਂ ਕਦੋਂ ਤੱਕ ਕਰ ਸਕਦੇ ਹੋ, 31 ਮਈ ਤੱਕ, ਵਿਦਆਊਟ ਲੇਟ ਫੀਸ। ਤੁਸੀਂ ਵਿਦਆਊਟ ਲੇਟ ਫੀਸ ਜਿਹੜੀ ਹੈ ਇੱਥੋਂ ਤੱਕ ਫੋਰਮ ਅਪਲਾਈ ਕਰ ਦਿਓ, ਉਸ ਤੋਂ ਬਾਅਦ ਹੀ, ਉਸ ਤੋਂ ਬਾਅਦ 31 ਮਈ ਤੋਂ ਬਾਅਦ ਤੁਹਾਨੂੰ ਕੀ ਪਏਗਾ, ਲੇਟ ਫੀਸ ਪਏਗੀ, ਲੇਟ ਫੀਸ। ਤਾਂ ਉਹ ਲੇਟ ਫੀਸ ਕਿੰਨੀ ਆ ਤੁਹਾਡੀ, 2000 ਰੁਪਈਆ ਤੁਹਾਡੀ ਲੇਟ ਫੀਸ ਆ। ਫਿਰ ਜਾ ਕੇ ਤੁਸੀਂ ਅਪਲਾਈ ਕਰੋ, 2000 ਰੁਪਈਏ ਦੇਣਾ, ਚੰਗੀ ਗੱਲ ਨਹੀਂ ਹੈ ਕਿ ਤੁਸੀਂ ਇਸ ਤੋਂ ਪਹਿਲਾਂ ਹੀ ਅਪਲਾਈ ਕਰ ਦਿਓ। ਇਹ ਕੋਰਸਾਂ ਦੀ ਡਿਟੇਲ ਜਿੱਦਾਂ ਕਿ ਗੱਲ ਕਰੀਏ, ਮੈਂ ਇੱਕ ਚੀਜ਼ ਹੋਰ ਤੁਹਾਡੇ ਨਾਲ ਡਿਸਕਸ ਕਰ ਦਵਾਂ, ਜਿਵੇਂ ਕਿ ਹੁਣ ਬਹੁਤ ਸਾਰੇ ਕੋਰਸ ਨੇ, ਉਸਦੀ ਜਿਹੜੀ ਕੋਰਸ ਆ ਯੂਨੀਵਰਸਿਟੀ ਦੇ ਵਿੱਚ ਕੋਈ ਵੀ ਕੋਰਸ ਆ, ਉਹਦੀ ਮੈਰਿਟ ਕਿੰਨੀ ਜਾਂਦੀ ਹੈ, ਐਡਮਿਸ਼ਨ ਕਿਵੇਂ ਹੋਏਗੀ, ਨੰਬਰ ਆਫ ਸੀਟਸ ਕਿੰਨੀਆਂ ਨੇ, ਅਤੇ ਉਸ ਤੋਂ ਬਾਅਦ ਲਾਸਟ 'ਤੇ ਆਪਣੇ ਮੋਡ ਆਫ ਐਡਮਿਸ਼ਨ। ਇੱਕ ਚੀਜ਼ ਲਾਸਟ 'ਚ ਜ਼ਰੂਰ ਐਡ ਕਰ ਲਓ, ਫੀਸ, ਸਮੈਸਟਰ ਫੀਸ ਕਿੰਨੀ ਰਹਿੰਦੀ ਹੈ। ਇਹ ਸਾਰੀ ਇਨਫੋਰਮੇਸ਼ਨ ਮੈਂ ਹਰ ਕੋਰਸ ਲਈ ਅਲੱਗ ਤੋਂ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗਾ ਸਾਰੀ, ਵੀ ਇਹਦੀ ਮੈਰਿਟ ਕਿੰਨੀ ਜਾ ਸਕਦੀ ਹੈ, ਐਡਮਿਸ਼ਨ ਕਿਵੇਂ ਹੋਏਗੀ, ਨੰਬਰ ਆਫ ਸੀਟਸ ਕਿੰਨੀਆਂ ਨੇ, ਮੋਡ ਆਫ ਐਡਮਿਸ਼ਨ ਕੀ ਆ, ਸਮੈਸਟਰ ਦੀ ਫੀਸ ਕਿੰਨੀ ਹੈ, ਇਹ ਸਾਰੀ ਮੈਂ ਅਲੱਗ ਤੋਂ ਡਿਟੇਲ ਲੈ ਕੇ ਆਵਾਂਗਾ ਤੁਹਾਡੇ ਲਈ। ਤੁਸੀਂ ਇਹਦੇ ਨਾਲ ਤੁਹਾਡਾ ਬਹੁਤ ਹੈਲਪ ਹੋਏਗੀ, ਤੁਹਾਡੇ ਜਿਹੜੇ ਕੰਸੈਪਟ ਆ, ਤੁਹਾਡੇ ਜਿਹੜੇ ਡਾਊਟ ਆ ਕਲੀਅਰ ਹੋ ਜਾਣਗੇ। ਅਗਰ ਤੁਸੀਂ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਜੀ, ਅਸੀਂ ਫੋਰਮ ਅਪਲਾਈ ਕਰਕੇ ਫੁੱਲ ਐਡਮਿਸ਼ਨ ਤੱਕ ਦੀ, ਅਪ ਟੂ ਐਡਮਿਸ਼ਨ ਤੱਕ ਦੀ ਜ਼ਿੰਮੇਵਾਰੀ ਚੱਕਾਂਗੇ। ਤੁਸੀਂ ਆਪਣੀ ਫੀਸ ਕਿੰਨੀ ਪੇ ਕਰੋਗੇ, 250 ਰੁਪਏ ਫੀਸ ਪੇ ਕਰੋਗੇ, ਤੁਹਾਡਾ ਫੋਰਮ ਵੀ ਅਪਲਾਈ ਹੋਊਗਾ,
ਪਲੱਸ ਤੁਹਾਨੂੰ ਟਾਈਮ ਟੂ ਟਾਈਮ ਗਾਈਡੈਂਸ ਵੀ ਮਿਲੇਗੀ। ਇਸ ਲਈ ਤੁਸੀਂ ਇਸ ਨੰਬਰ 'ਤੇ ਜਾ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਆਫਟਰ ਜਿਹੜੀ ਇਹ ਫੀਸ ਹੈ, ਇਸ ਫੀਸ ਤੋਂ ਬਾਅਦ ਹੀ ਤੁਸੀਂ ਇਹ ਸਾਰਾ ਕੁਝ ਕਰਾਂਗੇ। ਅਪ ਟੂ ਐਡਮਿਸ਼ਨ ਤੱਕ ਸਾਰੀ ਜ਼ਿੰਮੇਵਾਰੀ ਸਾਡੀ ਆ, ਬਸ ਤੁਸੀਂ 250 ਰੁਪਏ ਫੀਸ ਦੇਣਗੇ। ਨਾਲ ਤੁਹਾਡਾ ਜਿਹੜਾ ਫੋਰਮ, ਅਸੀਂ ਕੀ ਕਰਾਂਗੇ, ਪਹਿਲੀ ਗੱਲ ਤਾਂ ਅਸੀਂ ਫੋਰਮ ਅਪਲਾਈ ਕਰਾਂਗੇ, ਜਿਹੜਾ ਤੁਹਾਡਾ ਫੋਰਮ ਆ ਉਹਨੂੰ ਅਪਲਾਈ ਕਰਾਂਗੇ। ਉਸ ਤੋਂ ਬਾਅਦ ਤੁਹਾਡੀ ਕਾਉਂਸਲਿੰਗ ਕਰਾਂਗੇ, ਪਲੱਸ ਤੁਹਾਨੂੰ ਗਾਈਡ ਕਰਾਂਗੇ। ਉਸ ਤੋਂ ਬਾਅਦ ਅਪ ਟੂ ਐਡਮਿਸ਼ਨ ਤੁਹਾਡੀ ਹੈਲਪ ਕਰਾਂਗੇ। ਕਾਉਂਸਲਿੰਗ ਲਈ, ਅਗਰ ਤੁਹਾਨੂੰ ਕਾਉਂਸਲਿੰਗ ਲਈ ਤੁਸੀਂ ਜਾ ਰਹੇ ਹੋ ਯੂਨੀਵਰਸਿਟੀ ਦੇ ਵਿੱਚ, ਕਾਉਂਸਲਿੰਗ ਲਈ ਤੁਹਾਡੀ ਹੈਲਪ ਕਰਨ ਲਈ ਇੱਕ ਕੈਂਡੀਡੇਟ ਜ਼ਰੂਰ ਤੁਹਾਡੇ ਲਈ ਹੈਲਪ ਲਈ ਭੇਜਾਂਗੇ ਜੀ ਯੂਨੀਵਰਸਿਟੀ ਦੇ ਵਿੱਚ। ਇਹਦੇ ਲਈ ਤੁਸੀਂ ਫੀਸ ਕਿੰਨੀ ਕਰਨੀ ਆ, 250 ਰੁਪਏ ਫੀਸ ਪੇ ਕਰੋਗੇ। ਇਸ ਤੋਂ ਬਾਅਦ ਜਿਹੜਾ ਸਾਰਾ ਪ੍ਰੋਸੈਸ ਅਸੀਂ ਦੇਖ ਲਵਾਂਗੇ। ਤਾਂ ਸਾਡਾ ਜਿਹੜਾ ਨੰਬਰ ਆ, ਮੈਂ ਨੰਬਰ ਫਿਰ ਤੋਂ ਮੈਨਸ਼ਨ ਕਰ ਦਿੰਦਾ, ਇਸ ਨੰਬਰ 'ਤੇ ਜਾ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਬਟ ਇਹ ਫੀਸ ਤੁਹਾਨੂੰ ਦੇਣੀ ਪੈਣੀ, ਆਫਟਰ ਫੀਸ ਹਰੀ ਇਨਫੋਰਮੇਸ਼ਨ ਤੁਹਾਨੂੰ ਮਿਲੇਗੀ, ਚਾਹੇ ਤੁਸੀਂ ਕੋਈ ਵੀ ਕੋਰਸ ਬਾਰੇ ਐਡਮਿਸ਼ਨ ਲੈਣਾ ਚਾਹੁੰਦੇ ਹੋ, ਕੋਈ ਦਿੱਕਤ ਨਹੀਂ ਹੈ। ਤਾਂ ਸੋ ਗੱਲ ਕਰੀਏ ਇਹ ਵੀਡੀਓ ਦੀ, ਤਾਂ ਵੀਡੀਓ ਬਹੁਤ ਵਧੀਆ ਤੁਹਾਨੂੰ ਪਸੰਦ ਆਏਗੀ। ਅਤੇ ਇਸ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਮੈਨੂੰ ਉਮੀਦ ਹੈ ਕਿ ਤੁਸੀਂ ਸ਼ੇਅਰ ਵੀ ਜ਼ਰੂਰ ਕਰੋਗੇ, ਔਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਕਿਉਂਕਿ ਇਸ ਤਰ੍ਹਾਂ ਦੀਆਂ ਅਪਡੇਟਸ, ਇਸ ਤਰ੍ਹਾਂ ਦੀਆਂ ਵੀਡੀਓਜ਼ ਤੁਹਾਨੂੰ ਇਸ ਚੈਨਲ ਦੇ ਥਰੂ ਮਿਲਦੀਆਂ ਰਹਿਣਗੀਆਂ। ਮਿਲਦੇ ਹਾਂ ਫਿਰ ਆਪਾਂ ਅਗਲੀ ਵੀਡੀਓ ਦੇ ਲਈ। ਅਗਰ ਤੁਸੀਂ ਫੁੱਲ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤਾਂ ਇਸ ਇਹ ਫੀਸ ਪੇ ਕਰਕੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ, ਉਸ ਤੋਂ ਬਾਅਦ ਹੀ ਤੁਹਾਡੀ ਸਾਰੀ ਜ਼ਿੰਮੇਦਾਰੀ ਸਾਡੀ ਹੋ ਜਾਏਗੀ। ਮਿਲਦੇ ਹਾਂ ਫਿਰ ਆਪਾਂ ਨੈਕਸਟ ਵੀਡੀਓ ਦੇ ਵਿੱਚ।